ਹੰਝੂ ਅੱਖਾਂ ਚੋਂ ਵਹਾਈ ਜਾਂਦੀਆ ਰਾਤੀ ਸੁਪਨਾ ਸੀ ਆ ਚੂੜਾ ਬਾਹਾਂ ਵਿੱਚ ਪਾ ਤੇਰੀ ਬੇਬੇ ਪਾਣੀ ਵਾਲੀ ਜਾਂਦੀਆ ਸੁਪਨਾ ਸੀ ਆਪਣੀ ਦੋਹਾਂ ਦੀ ਜੋੜੀ ਇੰਨੀ ਘੈਂਟ ਲੱਗੀ ਐ ਨੋ ਕੋਟ ਖੜ ਖੜ ਕੇ ਸੀ ਦੇਖਦਾ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਆ ਗਿਆ ਵੇ ਸੱਚੀ ਲਿਖਿਆ ਗਗਨ ਮੇਰੇ ਲਿਖਦਾ ਡੋਲੀ ਵਾਲੀ ਕਾਰ ਵਿੱਚ ਤੇਰੇ ਨਾਲ ਬੈਠੀ ਹੰਝੂ ਅੱਖਾਂ ਚੋਂ ਵਹਾਈ ਜਾਂਦੀਆ ਰਾਤੀ ਸੁਪਨਾ ਸੀ ਆ ਚੂੜਾ ਬਾਹਾਂ ਵਿੱਚ ਪਾ ਤੇਰੀ ਬੇਬੇ ਪਾਣੀ ਵਾਲੀ ਜਾਂਦੀ ਆ ਸੁਪਨਾ ਸੀ ਆ ਚੂੜਾ ਬਾਹਾਂ ਵਿੱਚ ਪਾ ਤੇਰੀ ਬੇਬੇ ਪਾਣੀ ਦੂਰ ਨੇ ਤੁਹਾਨੂੰ ਮਿਲਾ ਰਹੇ ਹਾਂ ਇੱਕ ਸਿੰਗਰ ਦੇ ਨਾਲ ਔਰ ਇਹਨਾਂ ਕੋਲੋਂ ਵੀ ਜਾਣਦੇ ਹਾਂ ਕਿ ਇਹਨਾਂ ਦੀ ਗਾਇਕੀ ਵਿੱਚ ਕਿਸ ਤਰ੍ਹਾਂ ਦੀ ਸੋਚ ਹੈ ਔਰ ਇਹਨਾਂ ਕੋਲ ਕੁਛ ਗਾ ਕੇ ਵੀ ਸੁਣਾਵਾਂਗੇ ਕਿਉਂਕਿ ਪਤਾ ਲੱਗਣਾ ਚਾਹੀਦਾ ਕਿ ਸਾਡੇ ਇਲਾਕੇ ਮਾਝਾ ਦੇ ਵਿੱਚ ਵੀ ਇਹੋ ਜਿਹੇ ਇਨਸਾਨ ਹੈਗੇ ਨੇ ਅਜੇ ਵੀ ਜਿਹੜੇ ਗਾਉਣ ਦਾ ਸ਼ੌਕ ਰੱਖਦੇ ਨੇ ਔਰ ਉਹਨਾਂ ਨੂੰ ਸ਼ੌਕ ਕਿੱਥੋਂ ਮਿਲਿਆ ਇਹ ਸਭ ਕੁਛ ਜਾਣਦੇ ਹਾਂ ਕੀ ਨਾਂ ਹੈ ਆਪਣਾ ਮੇਰਾ ਨਾਮ ਜੀ ਸਿੰਘ ਸਨੀ ਸਿੰਘ ਸਨੀ ਸਨੀ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 25 25 ਸਾਲ ਦੀ ਉਮਰ ਹੈ ਤੇ ਕਦੋਂ ਤੋਂ ਇਹ ਸ਼ੌਕ ਤੁਹਾਡਾ ਸ਼ੁਰੂ ਹੋਇਆ ਗਾਇਕੀ ਦੇ ਵੱਲ ਮੇਰਾ ਜੀ ਇਹ ਸ਼ੌਕ ਨਾ ਸਕੂਲ ਟਾਈਮ ਤੋਂ ਹੀ ਆ ਤੇ ਮੇਰੇ ਫਾਦਰ ਸਾਹਿਬ ਉਹ ਐਕਚੁਲੀ ਕੀਰਤਨ ਲਾਈਨ ਵਿੱਚ ਨੇ ਤੇ ਜਿਹੜੀ ਜਿਹੜਾ ਆਵਾਜ਼ ਦਾ ਹੁਨਰ ਆ ਮੈਨੂੰ ਉਹਨਾਂ ਤੋਂ ਹੀ ਮਿਲਿਆ ਤੇ ਸਟਾਰਟਿੰਗ ਉਹਨਾਂ ਨੇ ਹੀ ਕਰਾਈ ਮੇਰੀ ਠੀਕ ਹੈ ਹਾਂਜੀ ਯਾਨੀ ਕਿ ਤੁਸੀਂ ਪੜ੍ਹਾਈ ਕਿੰਨੀ ਕੀਤੀ ਆਪਣੀ ਪੜ੍ਹਾਈ ਆਪਣੀ 12 ਕੀਤੀ ਮੈਂ ਹਾਂਜੀ ਕੁਛ ਗਾ ਕੇ ਸਾਨੂੰ ਦੱਸ ਸਕਦੇ ਹੋ ਕਿਸ ਤਰ੍ਹਾਂ ਦੀ ਗਾਇਕੀ ਜਿਹੜਾ ਤੁਹਾਨੂੰ ਮਤਲਬ ਗਾਣਾ ਕੋਈ ਇਹੋ ਜਿਹਾ ਹੋਵੇ ਜਿਹੜਾ ਮਤਲਬ ਤੁਹਾਡੇ ਵੀ ਦਿਲ ਨੂੰ ਛੂੰਦਾ ਹੋਵੇ ਤੇ ਦੂਸਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗੇ ਹਾਂਜੀ ਬਿਲਕੁਲ ਬਿਲਕੁਲ ਮੈਂ ਖਾਨ ਸਾਹਿਬ ਉਸਤਾਦ ਸਰਤ ਫਤਿਹ ਅਲੀ ਖਾਨ ਸਾਹਿਬ ਜੀ ਦਾ ਇੱਕ ਗਾਣਾ ਹੈ ਉਹਦੇ ਬੋਲ ਤੋਂ ਪੇਸ਼ ਕਰਾਂਗਾ ਤੁਹਾਡੇ ਸਾਹਮਣੇ ਬੜਾ ਪਿਆਰਾ ਗਾਣਾ ਤੇ ਮੇਰੇ ਦਿਲ ਨੂੰ ਬਹੁਤ ਅੱਛਾ ਲੱਗਦਾ ਹੈ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਪਿਆਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਓ ਯਾਰ ਜਿਨ੍ਹਾਂ ਦੇ ਪਾਉਣ ਜੁਦਾਈਆਂ ਰੁਲ ਜਾਂਦੇ ਨੇ ਵਾਂਗ ਸ਼ੁਦਾਈਆਂ ਹੋ ਯਾਰ ਜਿਨ੍ਹਾਂ ਦੇ ਪਾਉਣ ਜੁਦਾਈਆਂ ਰੁਲ ਜਾਂਦੇ ਨੇ ਵਾਂਗ ਸ਼ੁਦਾਈਆਂ ਹੋ ਰਾਂਝੇ ਵਰਗੇ ਇਸ਼ਕ ਦੇ ਰੋਗੀ ਕੰਨ ਪੜਵਾ ਕੇ ਬਣ ਗਏ ਜੋਗੀ ਰਾਂਝੇ ਵਰਗੇ ਇਸ਼ਕ ਦੇ ਰੋਗੀ ਕੰਨ ਪੜਵਾ ਕੇ ਬਣ ਗਏ ਜੋਗੀ ਲੱਖ ਵਾਰੀ ਜੇ ਕਰੋ ਦੁਆ ਲੱਖ ਵਾਰੀ ਜੇ ਕਰੋ ਦੁਆ ਇੱਕ ਵਾਰ ਨਾ ਵਿਛੜੇ ਹੋਏ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਥੈਂਕ ਯੂ ਤੁਹਾਨੂੰ ਹੋਰ ਵੀ ਸੁਣਾਉਂਦੇ ਹਾਂ ਥੋੜ੍ਹੀ ਜਿਹੀ ਬ੍ਰੇਕ ਲੈ ਲਈਏ ਮੋਹ ਬਾਲਾ ਕਰਦੀ ਹਾਂ ਤਾਂ ਹੀ ਮੈਂ ਡਰਾਂ ਹੌਸਲਾ ਨਹੀਂ ਪੈਂਦਾ ਗੱਲ ਕਿੱਦਾਂ ਮੈਂ ਕਰਾਂ ਹਾਂ ਮੋਹ ਬਾਲਾ ਕਰਦੀ ਹਾਂ ਤਾਂ ਹੀ ਮੈਂ ਡਰਾਂ ਹੌਸਲਾ ਨਹੀਂ ਪੈਂਦਾ ਗੱਲ ਕਿੱਦਾਂ ਮੈਂ ਕਰਾਂ ਵਿਆਹ ਤੋਂ ਪਹਿਲਾਂ ਆਪਾਂ ਪ੍ਰੀ ਵੈਡਿੰਗ ਕਰਾਂਗੇ ਕੁੜੀ ਸੁਪਨੇ ਸਜਾਈ ਜਾਂਦੀ ਆ ਰਾਤੀ ਸੁਪਨਾ ਸੀ ਆ ਚੂੜਾ ਬਾਹਾਂ ਵਿੱਚ ਪਾਇਆ ਤੇਰੀ ਬੇਬੇ ਪਾਣੀ ਵਾਰੀ ਜਾਂਦੀ ਆ ਬਣ
ਸਪੋਰਟ ਮੁੱਖ ਪਾਲਰ ਸਵਾਰੀ ਜਾਂਦੀ ਆ ਰਾਤੀ ਸੁਪਨਾ ਸੀ ਆਇਆ ਜੁੜਾ ਬਾਹਾਂ ਵਿੱਚ ਪਾਇਆ ਤੇਰੀ ਬੇਬੇ ਪਾਣੀ ਵਾਰੀ ਜਾਂਦੀ ਆ ਸੁਪਨਾ ਸੀ ਆਇਆ ਜੁੜਾ ਬਾਹਾਂ ਵਿੱਚ ਪਾਇਆ ਤੇਰੀ ਬੇਬੇ ਪਾਣੀ ਵਾਰੀ ਜਾਂਦੀ ਆ ਠੀਕ ਮੇਰੇ ਨਾਲ ਨੇ ਹੁਣ ਸੰਨੀ ਦੇ ਮਾਤਾ ਪਿਤਾ ਜੀ ਜਿਨ੍ਹਾਂ ਦੇ ਤੁਹਾਨੂੰ ਹੁਣੇ ਤੁਹਾਨੂੰ ਗਾਣਾ ਸੁਣਾਇਆ ਇਹਨਾਂ ਕੋਲੋਂ ਵੀ ਜਾਣਦੇ ਹਾਂ ਕਿ ਇਹਨਾਂ ਦੇ ਆਪਣੇ ਬੱਚੇ ਬਾਰੇ ਕਿਸ ਤਰ੍ਹਾਂ ਦੀ ਸੋਚ ਹੈ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਇਹਨਾਂ ਨੇ ਪਾਲਿਆ ਉਹਦੀ ਪਰਵਰਿਸ਼ ਕੀਤੀ ਹੈ ਇਹਨਾਂ ਕੋਲ ਸਰ ਕੀ ਨਾਂ ਹੈ ਆਪਣਾ ਹਾਂਜੀ ਭਾਈ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਆਪਣੇ ਬੱਚੇ ਨੂੰ ਤੁਸੀਂ ਸ਼ੁਰੂ ਤੋਂ ਕਿਸ ਤਰ੍ਹਾਂ ਦੇਖ ਰਹੇ ਹੋ ਇਹਦੇ ਵਿੱਚ ਗਾਇਕੀ ਦਾ ਜੋ ਸ਼ੌਕ ਆਇਆ ਕਿਸ ਤਰ੍ਹਾਂ ਮਹਿਸੂਸ ਕਰਦੇ ਗਾਇਕੀ ਦਾ ਇਹਨੂੰ ਪਹਿਲਾਂ ਤੋਂ ਸ਼ੌਕ ਹੈਗਾ ਸੀ ਤੇ ਮੈਂ ਇਹਨੂੰ ਕੀਰਤਨ ਵਿੱਚ ਜੋੜਿਆ ਸੀ ਪਰ ਇਹਨਾਂ ਕੀਰਤਨ ਤੋਂ ਮੁੜ ਕੇ ਗਾਇਕੀ ਵੱਲ ਜ਼ਿਆਦਾ ਧਿਆਨ ਦਿੱਤਾ ਤੇ ਮੈਨੂੰ ਵੀ ਹੋਈ ਕਿ ਮੈਂ ਜਿੱਦਾਂ ਇਹਨੂੰ ਸ਼ੌਕ ਆ ਉਹ ਆਪਣਾ ਪੂਰਾ ਕਰਨ ਦਾ ਮੈਨੂੰ ਖੁਸ਼ੀ ਹੁੰਦੀ ਹੈ ਮੈਨੂੰ ਪੂਰੀ ਖੁਸ਼ੀ ਮੈਂ ਰੋਕਿਆ ਨਹੀਂ ਇਹਨਾਂ ਨੂੰ ਕਿਸੇ ਵੀ ਮੈਂ ਸੋਚਿਆ ਕਿ ਲੈ ਜਿਵੇਂ ਤੈਨੂੰ ਲੱਗਦਾ ਠੀਕ ਉਦਾਂ ਕਰ ਲਾ ਤੇ ਇਹਨਾਂ ਮੈਂ ਗਾਉਣਾ ਮੈਂ ਠੀਕ ਆ ਵਧੀਆ ਅੱਛਾ ਕਿੰਨੀ ਉਮਰ ਤੋਂ ਤੁਹਾਨੂੰ ਇਹ ਲੱਗਾ ਕਿ ਇਹਦੇ ਵਿੱਚ ਗਾਉਣ ਦਾ ਜਿਹੜਾ ਸ਼ੌਕ ਹੈ ਇਹ ਪੈਦਾ ਹੋਣ ਲੱਗਾ ਹੁਣ ਇਹ ਗਾਇਕੀ ਦੀ ਸਾਈਡ ਜਾਏਗਾ ਬੱਚਾ ਆਪਣਾ ਇਹ 8-10 ਸਾਲ ਤੋਂ ਹੀ ਇਹਦਾ ਮਨ ਸੀ ਕਿ ਮੈਂ ਮਤਲਬ ਗਾਇਕੀ ਵੱਲ ਜਾਣਾ ਘਰ ਜਦੋਂ ਬੋਲਦੇ ਵੀ ਅਤੇ ਸਕੂਲ 'ਚ ਪੜ੍ਹਦਿਆਂ ਵੀ ਇਹਨਾਂ ਦਾ ਸ਼ੌਕ ਇਹ ਕਿ ਮੈਂ ਗਾਇਕੀ ਵੱਲ ਧਿਆਨ ਹਾਂ ਅਤੇ ਮੈਂ ਇਹਦੇ ਨਾਲ ਸ਼ਬਦ ਪਹਿਲਾਂ ਸ਼ੁਰੂ ਕਰਾਇਆ ਸੀ ਕਿ ਦੋਵੇਂ ਘਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਵੀ ਅਰਦਾਸ ਕਹਿੰਦਾ ਭਾਵ ਕਿ ਅਰਦਾਸ ਪ੍ਰਵਾਨ ਮਰਵਾ ਮਾਰੇ ਨੇ ਕਰ ਲਈ ਇਹਨਾਂ ਦੀ ਅਤੇ ਉਹਦੇ ਨਾਲ ਚੱਲੇ ਜਾ ਰਹੇ ਚਲੋ ਪਰਮਾਤਮਾ ਕਿਰਪਾ ਕਰੇ ਕਿ ਇਹਨਾਂ ਨੂੰ ਹੋਰ ਵੀ ਖੁਸ਼ੀਆਂ ਬਖਸ਼ੇ ਇਸ ਲੈਣ ਵਿੱਚ ਖੁਸ਼ੀਆਂ ਬਖਸ਼ੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਬਸ ਇਹੋ ਕਹਿਣਾ ਚਾਹੁੰਦੀ ਹਾਂ ਕਿ ਚਲੋ ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਹਦਾ ਸ਼ੌਂਕ ਸੀ ਜਦੋਂ ਸ਼ੁਰੂ ਤੋਂ ਸਕੂਲ ਦੇ ਵਿੱਚ ਪੜ੍ਹਦਾ ਸੀ ਨਾ ਅਤੇ ਇਹਦਾ ਸ਼ੌਂਕ ਸੀ ਅਤੇ ਸਕੂਲ ਦੇ ਵਿੱਚ ਇਹਨੂੰ ਦਾਦੇ ਨੂੰ ਬਹੁਤ ਪਿਆਰ ਮਿਲਦਾ ਸਕੂਲ ਦੇ ਵਿੱਚੋਂ ਅਤੇ ਚਲੋ ਵਾਹਿਗੁਰੂ ਨੇ ਇਹਦੀ ਆਸ ਪੂਰੀ ਕੀਤੀ ਆ ਸਾਨੂੰ ਬਹੁਤ ਖੁਸ਼ੀ ਆ ਜੇ ਸਾਡਾ ਬੱਚਾ ਖੁਸ਼ ਹੋਇਆ ਤਾਂ ਅਸੀਂ ਵੀ ਖੁਸ਼ ਹਾਂ ਕਿਉਂਕਿ ਮਾਤਾ ਪਿਤਾ ਨੂੰ ਖੁਸ਼ੀ ਹੁੰਦੀ ਵੀ ਹੈ ਲਾਜ਼ਮੀ ਹੈ ਕਿਉਂਕਿ ਬੱਚਾ ਜਦੋਂ ਕਿਉਂਕਿ ਕਹਿੰਦੇ ਨੇ ਗਾਇਕੀ ਜਿਹੜੀ ਹੈ ਇੱਕ ਸਰਸਵਤੀ ਦਾ ਗਲੇ ਵਿੱਚ ਵਾਸ ਹੁੰਦਾ ਉਸ ਵਾਸ ਦੇ ਨਾਲ ਹੀ ਇਹ ਗਾਇਕੀ ਗਾਈ ਜਾਂਦੀ ਹੈ ਕਿਉਂਕਿ ਉਸ ਤਰ੍ਹਾਂ ਸੰਭਵ ਨਹੀਂ ਹੈ ਕਿਉਂਕਿ ਜਿੰਨਾ ਚਿਰ ਪਰਮਾਤਮਾ ਦਾ ਕੋਈ ਆਸ਼ੀਰਵਾਦ ਨਹੀਂ ਹੈ ਅਤੇ ਉਹਨਾਂ ਚਿਰ ਅਤੇ ਇਹਦੇ ਨਾਲ ਤਾਂ ਬੱਚੇ ਦੇ ਨਾਲ ਮਾਤਾ ਪਿਤਾ ਦਾ ਵੀ ਆਸ਼ੀਰਵਾਦ ਹੈ ਅਤੇ ਕਾਮਯਾਬੀ ਬਣਦੀ ਹੈ ਅਸੀਂ ਸਕੂਲ ਵੀ ਦਿਖਾਵਾਂਗੇ ਪਰ ਸਕੂਲ ਦੇ ਮੇਰੇ ਨਾਲ ਨੇ ਪ੍ਰਿੰਸੀਪਲ ਜੀ ਸਰ ਕੀ ਨਾਂ ਹੈ ਆਪਣਾ ਅਰਜਨ ਸਿੰਘ ਅਰਜਨ ਸਿੰਘ ਜੀ ਅਤੇ ਕਦੋਂ ਤੋਂ ਇਹ ਸਕੂਲ ਸ਼ੁਰੂ ਹੋਇਆ ਇਹ 1992 5 ਫਰਵਰੀ 1992 ਤੋਂ ਜੀ ਅੱਛਾ ਜੀ ਹਾਂਜੀ ਅਤੇ ਸਾਨੂੰ ਜੀ ਤੁਹਾਡੇ ਸਟੂਡੈਂਟ ਨੇ ਸਾਡੇ ਸਟੂਡੈਂਟ ਜੀ ਕਿਸ ਤਰ੍ਹਾਂ ਲੱਗ ਰਿਹਾ ਵੈਸੇ ਜਦੋਂ ਸਾਡੇ ਕੋਲ ਪੜ੍ਹਦੇ ਹੁੰਦੇ ਸੀ ਨਾ ਛੋਟੇ ਹੀ ਜੀ ਉਦੋਂ ਵੀ ਇਹਨਾਂ ਦਾ ਮਨੋਬਲ ਜਿਹੜਾ ਬਹੁਤ ਉੱਚਾ ਹੁੰਦਾ ਸੀਗਾ ਇਹਨਾਂ ਨੇ ਸੈਚਰਡੇ ਕਦੇ ਮਤਲਬ ਸਾਡੇ ਕੋਲ ਕਦੇ ਮਿਸ ਹੋ ਜਾਣੀ ਨਾ ਬਾਲ ਸਭਾ ਇਹਨਾਂ ਕਹਿਣਾ ਸਰ ਜੀ ਬਾਲ ਸਭਾ ਜ਼ਰੂਰ ਕਰਵਾਇਓ ਠੀਕ ਹੈ ਅਤੇ ਬਾਲ ਸਭਾ ਦੇ ਵਿੱਚ ਉਦੋਂ ਵੀ ਇਹਨਾਂ ਦੀ ਆਵਾਜ਼ ਇੰਨੀ ਹਰਮਨ ਪਿਆਰੀ ਹੁੰਦੀ ਸੀ ਅਤੇ ਸੱਚ ਗੱਲ ਸਾਨੂੰ ਉਦੋਂ ਲੱਗਦਾ ਹੁੰਦਾ ਸੀ ਵੀ ਸਨੀ ਇੱਕ ਦਿਨ ਨੂੰ ਤਾਂ ਜ਼ਰੂਰ ਉੱਚੀ ਮੰਜ਼ਿਲ 'ਤੇ ਪਹੁੰਚੇਗਾ ਸਾਡੇ ਉਦੋਂ ਵੀ ਇਹਨੂੰ ਮਤਲਬ ਹੁਣ ਵਾ ਜੇਤੇ ਨਾ ਸੀ ਉਦੋਂ ਕਹਿੰਦੇ ਰਹੇ ਇਹਨੂੰ ਵੀ ਤੇਰੀ ਮੰਜ਼ਿਲ ਬਹੁਤ ਉੱਚੀ ਆ ਅਤੇ ਜ਼ਰੂਰ ਤੂੰ ਉੱਥੇ ਪਹੁੰਚਣਾ ਹੈਗਾ ਵਾ ਅਤੇ ਸੱਚ ਗੱਲ ਜਾਵੇਂਗਾ ਜ਼ਰੂਰ ਬਹੁਤ ਮਨ 'ਚ ਹੋ ਬੰਦਾ ਸੀਗਾ ਫਿਰ ਪਿੱਛੇ ਇੱਕ ਵਾਰੀ ਇਹ ਸਾਡੇ ਕੋਲ ਉਦੋਂ ਹਟ ਕੇ ਚਲੇ ਗਿਆ ਸੀਗਾ ਅਤੇ ਉਦੋਂ ਸਾਨੂੰ ਇੱਕ ਦਿਨ ਅੰਮ੍ਰਿਤਸਰ ਤੋਂ ਮਤਲਬ ਆਇਆ ਸੀਗਾ ਵੀ ਜੇ ਕੋਈ ਤੁਹਾਡੇ ਕੋਲ ਬੱਚਾ ਹੋਣ ਹਰ ਬੱਚਾ ਤਾਂ ਸਾਡੇ ਕੋਲ ਇੱਥੇ ਕੇ ਪੇਸ਼ ਕਰੋ ਪਰ ਉਦੋਂ ਸਾਡੇ ਕੋਲ ਛੱਡ ਜੇਗਾ ਉਦੋਂ ਮੈਂ ਕਹਿ ਦਿੰਦਾ ਨਹੀਂ ਸਰ ਜੀ ਮੈਨੂੰ ਜੇ ਥੋੜ੍ਹੀ ਤਿਆਰੀ ਕਰ ਲੈਣ ਦਿਓ ਅਤੇ ਫਿਰ ਜਾਵਾਂਗਾ ਪਰ ਸਾਡੇ ਮਨ 'ਚ ਬਹੁਤ ਜ਼ਿਆਦਾ ਇਹ ਚਾਅ ਹੁੰਦਾ ਸੀ ਪਹਿਲੇ ਤੋਂ ਹੀ ਛੋਟਾ ਜਿਹਾ ਹੁੰਦਾ ਜਦੋਂ ਨਰਸਰੀ ਕਲਾਸ 'ਚ ਪੜ੍ਹਨਾ ਨਾ ਇਹਦੇ ਮਨ 'ਚ ਉਦੋਂ ਹੀ ਇਹ ਚਾਅ ਹੁੰਦਾ ਸੀਗਾ ਅਤੇ ਚੌਥੀ ਪੰਜਵੀਂ ਵਜੇ 'ਤੇ ਬਹੁਤ ਜ਼ਿਆਦਾ ਮੁੜ ਕੇ ਆਪਣੇ ਆਪ ਨੂੰ ਗਰੋਅ ਅਪ ਕਰ ਗਿਆ ਸੀ ਲਾਈਨ ਨੂੰ ਅਤੇ ਗਰੋਅ ਲਾਈਨ ਵੀ ਇਸ ਤਰੀਕੇ ਨਾਲ ਕੀਤੀ ਨਹੀਂ ਵੀ ਜਿਹਦੇ ਨਾਲ ਮਤਲਬ ਇਹਨੂੰ ਲੱਗਦਾ ਸੀਗਾ ਵੀ ਮੈਂ ਕਿਸੇ ਨਾ ਕਿਸੇ ਮੰਜ਼ਿਲ 'ਤੇ ਜ਼ਰੂਰ ਪਹੁੰਚਾਂਗਾ ਇਹਨੂੰ ਕੋਈ ਗੜੀ ਉਸਤਾਦ ਦੀ ਲੋੜ ਸੀ ਇਹਨੂੰ ਅੱਗੇ ਉਸਤਾਦ ਮਿਲ ਗਿਆ ਪਰਮਾਤਮਾ ਨੇ ਦੂਸਰੀ ਬਖਸ਼ਿਸ਼ ਇਹ ਕੀਤੀ ਇਹਨਾਂ ਨੂੰ USA ਜਾਣ ਦਾ ਮੌਕਾ ਮਿਲ ਗਿਆ ਉੱਥੇ ਜਾ ਕੇ ਇਹਨੇ ਮਤਲਬ ਹੋਰ ਆਪਣੀ ਤਰੱਕੀ ਨੂੰ ਅਪਣਾਇਆ ਵੇਖੋ ਬੱਚੇ ਤਾਂ ਹੁੰਦੇ ਆ ਸ਼ੁਰੂ ਅੰਦਰ ਵੇਖੋ ਹਰੇਕ ਬੱਚੇ ਦੇ ਕੁਝ ਨਾ ਕੁਝ ਪਰਮਾਤਮਾ ਨੇ ਜਿਹੜਾ ਵਾ ਨਾ ਇਹ ਪੈਦਾ ਕੀਤਾ ਵਾ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਜ਼ਰੂਰ ਗੁਣ ਦਿੱਤਾ ਉਹਨੇ ਉਹ ਗੁਣ ਇਹ ਬੱਚੇ ਦੇ ਵਿੱਚ ਜਿਹੜਾ ਪਰਮਾਤਮਾ ਨੇ ਭੇਜਿਆ ਸੀਗਾ
ਛੁਪਿਆ ਹੋਇਆ ਗੁਣ ਹੁੰਦਾ ਵਾ ਉਹਨੂੰ ਉਜਾਗਰ ਕਰਨ ਵਾਸਤੇ ਇੱਕ ਗੁਰੂ ਦੀ ਜ਼ਰੂਰ ਲੋੜ ਆ। ਜਦੋਂ ਉਹ ਗੁਰੂ ਉਸ ਮਤਲਬ ਗੁਣ ਨੂੰ ਸਾਹਮਣੇ ਪੇਸ਼ ਕਰ ਦਿੰਦਾ, ਜਿਵੇਂ ਇੱਕ ਲੱਕੜ ਆ, ਲੱਕੜ ਉਹ 'ਚ ਅੱਗ ਤਾਂ ਹੈਗੀ ਆ ਪਰ ਜਦੋਂ ਆਪਾਂ ਤਿੱਲੀ ਬਾਲਦੇ ਹਾਂ ਤਾਂ ਅੱਗ ਫਿਰ 'ਚੋਂ ਨਜ਼ਰ ਆਉਂਦੀ ਆ। ਉਹ ਕੰਮ ਇਹ ਸੀਗਾ ਇਸ ਬੱਚੇ ਨੇ, ਜਿਹੜੀਆਂ ਸਾਡੀਆਂ ਮਨ ਦੀਆਂ ਭਾਵਨਾਵਾਂ ਸੀਗੀਆਂ, ਹੋ ਸਕਦਾ ਨੇ ਘਰਦਿਆਂ 'ਚ ਉਦੋਂ ਹੋਣ ਕਿ ਨਾ ਹੋਣ, ਪਰ ਜਦੋਂ ਦਾ ਬੱਚਾ ਸਾਡੇ ਕੋਲ ਆ ਚੁੱਕਾ ਸੀ ਨਾ, ਅਸੀਂ ਦੋਨੇ ਜੀ ਇਹਨੂੰ ਸੱਚ ਗੱਲ ਕਹਿੰਦੇ ਹੁੰਦੇ ਸੀ ਵੀ ਸਨੀ ਉਹ ਦਿਨ ਦੂਰ ਨਹੀਂ ਜਿਸ ਦਿਨ ਤੂੰ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚੇਗਾ। ਸ਼ਾਬਾਸ਼, ਵੈਰੀ ਗੁੱਡ, ਜਿਹੜਾ ਇਹਨੇ ਸਾਡਾ ਵੀ ਨਾਂ ਉੱਚਾ ਕੀਤਾ, ਸਕੂਲ ਦਾ ਨਾਂ ਵੀ ਉੱਚਾ ਹੋਊਗਾ, ਪਿੰਡ ਦਾ ਨਾਂ ਉੱਚਾ ਹੋਊਗਾ, ਪੰਜਾਬ ਆਊਗਾ, ਪੰਜਾਬ ਤੋਂ ਅੱਗੇ ਇੰਡੀਆ ਆਊਗਾ, ਸਾਰੇ ਥਾਵਾਂ 'ਤੇ ਜ਼ਰੂਰ ਬੱਚਾ ਸਾਡਾ ਅੱਗੇ ਵੱਧਦਾ ਜਾਵੇਗਾ। ਪਿੰਡ ਵਾਸੀਆਂ ਨੂੰ ਵੀ ਇਸ ਚੀਜ਼ ਦੀ ਖੁਸ਼ੀ ਹੈ, ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਬੱਚੇ ਨੇ ਸਿੱਖਿਆ ਲਵੀ ਹੋਵੇ, ਸਟੱਡੀ ਕੀਤੀ ਹੈ, ਜਿੱਥੇ ਜਦੋਂ ਉੱਥੋਂ ਸ਼ੋਭਾ ਮਿਲਦੀ ਹੈ ਨਾ, ਤਾਂ ਫਿਰ ਕਾਮਯਾਬੀ ਦੇ ਵਿੱਚ ਕੋਈ ਰੁਕਾਵਟ ਜਿਹੜੀ ਹੈ ਰੋਕ ਨਹੀਂ ਸਕਦੀ। ਇਸ ਕਰਕੇ ਸਨੀ ਜੀ ਤੁਹਾਨੂੰ ਕਿਸਾਂ ਇਹ ਜਿਹੜਾ ਦਿਨ ਦੇਖਣ ਨੂੰ ਅੱਜ ਦੇਖਣ ਡਿਆ ਕਿ ਤੁਹਾਡੇ ਪ੍ਰਿੰਸੀਪਲ ਸਕੂਲ ਦੇ ਤੁਹਾਡੀ ਇੰਨੀ ਤਾਰੀਫ ਕਰ ਰਹੇ ਨੇ, ਆਖਿਰ ਕੁਛ ਨਾ ਕੁਛ ਤਾਂ ਅੰਦਰ ਹੈ ਕੋਈ ਚੀਜ਼? ਬਿਲਕੁਲ ਬਿਲਕੁਲ, ਇਹਨਾਂ ਨੇ ਸ਼ੁਰੂ ਤੋਂ ਬੜਾ ਪਿਆਰ ਦਿੱਤਾ ਹੈ ਮੈਨੂੰ, ਅਤੇ ਮੈਨੂੰ ਹਮੇਸ਼ਾ ਇਹਨਾਂ ਨੇ ਕਿਹਾ ਹੈ ਕਿ ਬੜੀ ਜਗ੍ਹਾ 'ਤੇ ਮੈਨੂੰ ਲੈ ਕੇ ਜਾਣ ਦੀ ਗੱਲ ਵੀ ਕਰਦੇ, ਪਰ ਉਦੋਂ ਮੇਰਾ ਸਬੱਬ ਕੋਈ ਨਹੀਂ ਬਣਿਆ, ਇਹਨਾਂ ਦੀ ਕੋਈ ਗਲਤੀ ਨਹੀਂ, ਉਸ ਟਾਈਮ ਮੈਂ ਹੀ ਤਿਆਰ ਨਹੀਂ ਸੀ। ਇਸ ਕਰਕੇ ਚਲੋ ਬੜਾ ਪਿਆਰ ਦਿੱਤਾ ਇਹਨਾਂ ਨੇ, ਅਤੇ ਕੁਝ ਸ਼ਿਕਾਇਤਾਂ ਵੀ ਸੀ ਜਿੰਨਾ ਟਾਈਮ ਮੇਰੇ ਤੋਂ ਇੱਥੇ ਆਇਆ ਨਹੀਂ ਗਿਆ, ਅਤੇ ਮੈਂ ਇਸ ਲਈ ਅੱਜ ਕਿਹਾ ਕਿ ਮੈਂ ਅੱਜ ਆਪਣੇ ਸਕੂਲ ਤੋਂ ਸਟਾਰਟਿੰਗ ਕਰਨਾ ਚਾਹੁੰਦਾ। ਤੁਸੀਂ ਸਕੂਲ ਦੇ ਵਿੱਚ ਆਏ ਹੋ ਅੱਜ ਸਾਡੀ ਟੀਮ ਦੇ ਨਾਲ, ਹਾਂਜੀ, ਤੇ ਸਕੂਲ 'ਚ ਹੁਣ ਥੋੜ੍ਹਾ ਜਿਹਾ ਤੁਸੀਂ ਆਪਣਾ ਕੋਈ ਵਧੀਆ ਜਿਹਾ ਕੋਈ ਗਾਣਾ ਜਿਹੜਾ ਗਾ ਕੇ ਸਕੂਲ 'ਚ ਸ਼ੁਰੂਆਤ ਕਰ ਦਿਓ। ਹਾਂਜੀ, ਮੈਂ ਨਾ ਇੱਕ ਗਾਣਾ, ਕਿਉਂਕਿ ਮੈਂ ਕਦੇ ਕਿਹਾ ਸੀ ਕਿ ਪ੍ਰਿੰਸੀਪਲ ਮੈਮ ਸਾਡੇ, ਉਹਨਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ ਮੇਰੇ ਮਾਂ ਬਾਪ ਵਰਗੇ ਹੋ, ਅਤੇ ਉਹਨਾਂ ਨੂੰ ਜਿਸ ਤਰ੍ਹਾਂ ਦੇ ਗਾਣੇ ਪਸੰਦ ਹੈ ਮੈਂ ਉਸ ਤਰ੍ਹਾਂ ਦੇ ਗਾਣੇ ਦੀ ਨਾ ਇੱਕ ਦੋ ਲਾਈਨ ਸ਼ੁਰੂ। ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ, ਮਾਵਾਂ ਕਈ ਕਈ ਲਾਡ ਲਡਾਉਂਦੀਆਂ ਨੇ, ਗਿੱਲੀ ਥਾਂ ਤੇ ਪੈਂਦੀਆਂ ਆਪ ਮਾਵਾਂ, ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ, ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ, ਤੇਰੀ ਮਮਤਾ ਤੇ ਦੁਲਾਰ ਤੇਰਾ, ਖੁਦ ਚੱਲਦੀ ਰਹੀ ਤੱਤੀਆਂ ਵਾਂ, ਖੁਦ ਚੱਲਦੀ ਰਹੀ ਤੱਤੀਆਂ ਵਾਂ, ਮੈਨੂੰ ਕਰਕੇ ਠੰਡੜੀ ਛਾਂ, ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ ਅਹਿਸਾਨਾਂ ਦਾ ਮਾਂ, ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ ਅਹਿਸਾਨਾਂ ਦਾ ਮਾਂ। ਬਹੁਤ ਬਹੁਤ ਸ਼ੁਕਰੀਆ ਜੀ। ਮਸਕਾ ਚਸਕਾ ਟੀਮ ਵੱਲੋਂ ਅਸੀਂ ਇੱਥੇ ਇੱਕ ਮੈਸੇਜ ਦੇਣਾ ਚਾਹਾਂਗੇ ਅੱਜ ਕੱਲ੍ਹ ਦੇ ਬੱਚਿਆਂ ਨੂੰ, ਜੋ ਬੱਚੇ ਅੱਜ ਕੱਲ੍ਹ ਗਲਤ ਸੰਗਤ ਵਿੱਚ ਪਏ ਹੋਏ ਨੇ, ਨਸ਼ਿਆਂ ਵਿੱਚ ਪਏ ਹੋਏ ਨੇ, ਅਤੇ ਆਪਣੇ ਮਾਂ ਬਾਪ 'ਤੇ ਜੋ ਬਹੁਤ ਦੁੱਖ ਹੁੰਦਾ ਇਸ ਚੀਜ਼ ਨੂੰ ਦੇ ਕੇ, ਕਿਉਂਕਿ ਅਸੀਂ ਫੇਸ ਕੀਤਾ ਹੋਇਆ ਆਪਣੇ ਸਮਾਜ ਵਿੱਚ ਕਿਸ ਤਰ੍ਹਾਂ ਬੱਚੇ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਨੇ, ਗਲਤ ਰਸਤੇ ਪਏ ਹੋਏ ਨੇ, ਲੁੱਟਾਂ ਖੋਹਾਂ ਆਮ ਸਾਡੇ ਇਲਾਕੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋ ਰਹੀਆਂ ਨੇ। ਇਸ ਕਰਕੇ ਸਾਡੀ ਅਪੀਲ ਹੈ ਸਾਰੇ ਬੱਚਿਆਂ ਨੂੰ ਕਿ ਆਪਣੇ ਮਾਂ ਬਾਪ ਦਾ ਇਸੇ ਤਰ੍ਹਾਂ ਮਾਣ ਰੱਖੋ, ਉਹਨਾਂ ਦਾ ਸਿਰ ਉੱਚਾ ਕਰੋ ਤਾਂ ਜੋ ਇਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਦੇਖਦੇ ਰਹੋ ਮਸਕਾ ਚੁੱਕਾ ਟਾਈਮ। ਜੀ ਸਰ, ਦੇਖੋ ਸਰ ਜੀ, ਆਪਾਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ, ਭਾਵੇਂ ਕਿ ਸਕੂਲ ਸਾਡਾ ਬਹੁਤ ਛੋਟਾ, ਇੱਧਰ ਬੱਚਾ ਸਾਡੇ ਕੋਲ ਆਇਆ ਸੀਗਾ ਹਾਕੀ ਦਾ ਪਲੇਅਰ ਬਣ ਕੇ, ਚਲੋ ਉਹਨਾਂ ਤੁਹਾਡੇ ਵਰਗਾ ਸਿਸਟਮ ਨਹੀਂ ਕੀਤਾ, ਪਰ ਉਹ ਆਪਣੇ ਆਪ 'ਤੇ ਉਹਦਾ ਉਸਤਾਦ, ਉਹਦਾ ਡੈਡੀ, ਉਹਦੀ ਮੰਮੀ, ਆਪ ਬੱਚੇ ਆਏ, ਬੜਾ ਮਨ 'ਚ ਖੁਸ਼ੀ ਹੋਈ ਵੀ ਭਾਵੇਂ ਸਾਡਾ ਇੱਕ ਸਕੂਲ ਛੋਟਾ, ਛੋਟਾ ਸਕੂਲ ਹੋਣ ਦੇ ਬਾਵਜੂਦ ਸਾਡਾ ਬੱਚਾ ਜਿਹੜਾ ਬਹੁਤ ਉੱਚੀਆਂ ਉਪਲਬਧੀਆਂ 'ਤੇ ਪਹੁੰਚਿਆ। ਉਹ ਦੂਸਰਾ ਬੱਚਾ ਸਾਡਾ ਜੇ ਸਨੀ ਜਿਹਨੇ ਇਸ ਲਾਈਨ ਨੂੰ ਪ੍ਰਾਪਤੀ ਕੀਤੀ, ਪਿੱਛੇ ਸਾਡੇ ਬੱਚੇ ਵੇਖੋ ਜੀ, ਸਾਡੇ ਬੱਚੇ ਅਮਰੀਕਾ 'ਚ, ਨਿਊਜ਼ੀਲੈਂਡ 'ਚ, ਕਨੇਡਾ 'ਚ ਬੈਠੇ ਹੋਏ ਆ, ਇਸ ਵੇਲੇ ਆਸਟ੍ਰੇਲੀਆ 'ਚ ਜਾ ਚੁੱਕੇ ਆ। ਬੱਚਿਆਂ ਨੇ ਮਤਲਬ ਆਮ ਲੋਕਾਂ ਦੀ ਮਨ ਦੀ ਭਾਵਨਾ ਇਹ ਹੁੰਦੀ ਆ ਵੀ ਪੇਂਡੂ ਬੱਚਾ ਪੜ੍ਹ ਕੇ ਆਇਲਟਸ ਨਹੀਂ ਕਰ ਸਕਦਾ, ਅਤੇ ਸਾਡੇ ਬੱਚਿਆਂ ਨੇ, ਮੈਂ ਡਰੈਸ ਦੇਣ ਤੱਕ ਤਿਆਰ ਹਾਂ
ਵੀ ਬੱਚਿਆਂ ਸਾਡਿਆਂ ਨੇ 6.5 ਬੈਂਡ 7 ਬੈਂਡ ਇੱਕ ਲੜਕੀ ਸਾਡੀ ਜਿਹਨੇ 7.5 ਬੈਂਡ ਲੈ ਕੇ ਵੀ ਇਸ ਕਨੇਡਾ ਬੈਠੀ ਹੋਈ ਆ ਬੜੀ ਮਨ ਨੂੰ ਖੁਸ਼ੀ ਆਉਂਦੀ ਇਸ ਗੱਲ ਦੀ ਭਾਵੇਂ ਕਿ ਨਿੱਕੇ ਤੋਂ ਨਿੱਕੇ ਸਕੂਲ ਵਿੱਚ ਹਾਂ ਇਸ ਆਪਾਂ ਪੌਦਾ ਲਗਾਇਆ ਸੀਗਾ ਇਹ ਬੱਚੇ ਸਾਡੇ ਜਿਹੜੇ ਆ ਇਹਨੂੰ ਪਾਣੀ ਪਾ ਕੇ ਇਹਨੂੰ ਹੋਰ ਪ੍ਰਫੁੱਲਤ ਕਰ ਰਹੇ ਆ ਕਿੰਨੀ ਜਮਾਤ ਤੱਕ ਸਕੂਲ ਇਹ ਸਾਡੇ ਕੋਲ ਪਲੱਸ 2 ਤੱਕ ਹੈ ਜੀ ਪਲੱਸ 2 ਤੱਕ ਆ ਹਰ ਸਾਲ ਬੱਚਾ ਸਾਡਾ ਕੋਈ ਨਾ ਕੋਈ ਜਿਹੜਾ ਕਿਸੇ ਨਾ ਕਿਸੇ ਲੈਵਲ ਤੇ ਜ਼ਰੂਰ ਪਹੁੰਚ ਜਾ ਹਾਂ ਮੰਨ ਲਓ ਕੋਈ ਪੁਲਿਸ ਵਿੱਚ ਚੱਲ ਜਾਵੇ ਫੌਜ ਵਿੱਚ ਚੱਲ ਜਾਵੇ ਬਾਹਰ ਵੀ ਜਾਂਦੇ ਬੱਚੇ ਸਾਡੇ ਆਮ ਸਾਡੇ ਲੋਕਾਂ ਦੇ ਮਨ 'ਚ ਇਹੀ ਧਾਰਨਾ ਹੁੰਦੀ ਆ ਵੀ ਜਿਹੜੇ ਪੇਂਡੂ ਸਕੂਲ ਆ ਇਹਨਾਂ ਦਾ ਬੱਚਾ ਆਇਲਟਸ ਨਹੀਂ ਕਰ ਸਕਦਾ ਪਰ ਸਾਡੇ ਬੱਚਿਆਂ ਨੇ ਆਇਲਟਸ ਕੀਤੀ ਜੀ 4-5 ਦੇਸ਼ ਮੇਨ ਵਾ ਆਸਟ੍ਰੇਲੀਆ ਕਨੇਡਾ ਅਮਰੀਕਾ ਨਿਊਜ਼ੀਲੈਂਡ ਇਹ 'ਚ ਬੱਚੇ ਸਾਡੇ ਬੈਠੇ ਹੋਏ ਜਾ ਕੇ ਉੱਥੇ ਉੱਥੋਂ ਫੋਨ ਵੀ ਆਉਂਦੇ ਆ ਇਹ ਸਾਨੂੰ ਵੀ ਸਾਨੂੰ ਫੋਨ ਕਰਦਾ ਰਿਹਾ ਬੜੀ ਮਨ 'ਚ ਖੁਸ਼ੀ ਆਉਂਦੀ ਆ ਵੇਖੋ ਲੋਕ ਜੋ ਸੋਚਦੇ ਆ ਵੀ ਇਹ ਕੰਮ ਹੋ ਨਹੀਂ ਸਕਦਾ ਪਰ ਆਪਾਂ ਪਰ ਉਸ ਪਰਮਾਤਮਾ ਦੀ ਕਿਰਪਾ ਅਨੁਸਾਰ ਕਰਕੇ ਲੋਕਾਂ ਨੂੰ ਦੇ ਰਹੇ ਹਾਂ ਅਸੀਂ ਇਹ ਪ੍ਰਸ਼ਾਦ ਆ ਸਾਡੇ ਕੋਲ ਵੀ ਵਿਦਿਆ ਦਾ ਆਪਾਂ ਲੋਕਾਂ ਨੂੰ ਦੇ ਰਹੇ ਹਾਂ ਜਿਹੜਾ ਜਿਹੜਾ ਵੀ ਸਾਡੇ ਕੋਲ ਆਉਂਦਾ ਲਈ ਜਾ ਰਿਹਾ ਸਾਡਾ ਫਰਜ਼ ਵਾ ਵੀ ਜਿਹੜਿਆਂ ਬੱਚਿਆਂ ਵਿੱਚ ਛੁਪੇ ਹੋਏ ਗੁਣ ਵਾ ਉਹਨਾਂ ਨੂੰ ਉਜਾਗਰ ਕਰੀਏ ਇਸੇ ਤਰੀਕੇ ਨਾਲ ਬੱਚੇ ਸਾਡੇ ਹੋਰ ਗਾਂਹ ਦੇ ਗਾਂਹ ਵਧਣ ਵੱਧ ਕੇ ਤੇ ਆਪਣੀ ਜ਼ਿੰਦਗੀਆਂ ਨੂੰ ਪ੍ਰਾਪਤੀਆਂ ਕਰਨ ਇਹ ਸਕੂਲ ਦਾ ਵੀ ਨਾਮ ਉੱਚਾ ਕਰਨ ਤੇ ਆਪਣੇ ਪਿੰਡ ਦਾ ਨਾਮ ਵੀ ਉੱਚਾ ਕਰਨ ਪੰਜਾਬ ਦਾ ਵੀ ਕਰਨ ਤੇ ਇੰਡੀਆ ਦਾ ਵੀ ਕਰਨ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਮਸਕਰ ਟਾਈਮ 'ਚ ਤੁਹਾਡਾ ਸਵਾਗਤ ਹੈ